ਇੱਕ ਰੋਡ ਪਾਸ ਕਰ ਦਿੱਤੇ ਤਾਂ ਲੋਕਾਂ ਕੋਲ ਕੁਛ ਨਹੀਂ ਬਚਣਾ ਖਾਣ ਨੂੰ। ਇਹ ਤਾਂ ਹੁਣ ਤਾਂ ਗੈਸ ਸਿਲੰਡਰ 'ਤੇ ਸ਼ੁਰੂ ਹੋਇਆ ਨਾ ਕੰਮ, ਅਤੇ ਆਟਾ ਵੀ 100 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਣਾ ਆਮ ਲੋਕਾਂ ਨੂੰ। ਔਰ ਇੱਕ ਸਭ ਤੋਂ ਵਧੀਆ ਗੱਲ ਇਹ ਸਿਖਾਤੀ ਹੈ ਵੀ ਰਾਜਨੀਤਿਕ ਲੋਕਾਂ 'ਤੇ ਵਿਸ਼ਵਾਸ ਨਹੀਂ ਕਰਨਾ ਹੈਗਾ। ਔਰ ਜਿਹੜੇ ਜਵਾਨ ਬੱਚੇ ਨੇ ਉਹਨਾਂ 'ਚ ਇੰਨੀ ਤਬਦੀਲੀ ਆਈ ਹੈ ਕਿ ਉਹ ਸਵਾਲ ਕਰ ਸਕਦੇ ਹੈ ਰਾਜਨੀਤਿਕ ਲੋਕਾਂ ਨੂੰ। ਅਜੇ ਵੀ ਬੰਦੇ ਖਰੀਦੇ ਜਾ ਰਹੇ ਆ, ਜਿਹੜੀਆਂ ਹੁਣ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਅਜੇ ਵੀ ਸ਼ਰਾਬ ਵੰਡੀ ਆ ਲੋਕਾਂ ਨੇ ਲਈ ਹੈ। ਲੋਕਾਂ 'ਚ ਇੰਨੀ ਅਣਖ ਕਿਉਂ ਨਹੀਂ ਜਾਗ ਗਈ ਕਿ ਉਹਨਾਂ ਦੇ ਮੂੰਹ 'ਤੇ ਮਾਰਦੇ ਸ਼ਰਾਬ ਦੀ ਬੋਤਲ। ਪੁਕਾਰ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅੰਮ੍ਰਿਤਸਰ ਵਿਖੇ ਪਿੰਗਲਵਾੜੇ ਖੜ੍ਹੇ ਹਾਂ, ਉੱਥੇ ਆਪਾਂ ਇੱਥੋਂ ਦੇ ਮੁਖੀ ਜਿਹੜੇ ਬੀਬੀ ਇੰਦਰਜੀਤ ਕੌਰ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਉਹਦੇ ਚੱਲਦਿਆਂ ਉਹ ਕੀ ਮਹਿਸੂਸ ਕਰਦੇ ਨੇ, ਅਤੇ ਜਿਹੜਾ ਉਹ ਉੱਥੇ ਜਾ ਕੇ ਆਏ ਨੇ, ਉੱਥੇ ਜਾ ਕੇ ਉਹਨਾਂ ਨੇ ਜੋ ਮਹਿਸੂਸ ਕੀਤਾ, ਉਹ ਅਸੀਂ ਆਪ ਜੀ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪ ਜੀ ਨਾਲ ਸ਼ੇਅਰ ਕਰਾਂਗੇ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਕੱਲ੍ਹ ਕਿਸਾਨੀ ਅੰਦੋਲਨ ਚੱਲ ਰਿਹਾ, ਉਸਨੂੰ ਤਕਰੀਬਨ 101 ਦਿਨ ਅੱਜ ਹੋ ਚੁੱਕੇ ਨੇ, 101, ਅਤੇ ਜਿਹੜੇ ਉਹ ਸਿੰਘ ਆਪਣੇ ਕਿਸਾਨ ਵੀਰ ਨੇ, ਉਹ ਚਾਹੇ ਕਿਸੇ ਵੀ ਬਾਰਡਰ 'ਤੇ ਬੈਠੇ ਨੇ ਦਿੱਲੀ ਦੇ, ਭਾਵੇਂ ਉਹ ਟਿਕਰੀ ਬਾਰਡਰ ਦੀ ਗੱਲ ਕਰ ਲਈਏ, ਭਾਵੇਂ ਗਾਜ਼ੀਪੁਰ ਬਾਰਡਰ ਦੀ ਗੱਲ ਕਰ ਲਈਏ, ਸਿੰਘੂ ਬਾਰਡਰ ਦੀ ਗੱਲ ਕਰ ਲਈਏ, ਉਹਨਾਂ ਦੇ ਹੌਂਸਲੇ ਵੇਖ ਕੇ ਅਤੇ ਆਪਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਛੋਟੀ ਉਮਰ 'ਚ, ਅਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਸੋਚਦੇ ਹੋ? ਦਰਅਸਲ ਸਮਾਂ ਐਸਾ ਆ ਗਿਆ ਹੈ ਕਿ ਰੈਵੋਲਿਊਸ਼ਨ ਆਉਣਾ ਹੀ ਆਉਣਾ ਸੀ, ਕ੍ਰਾਂਤੀ ਆਉਣੀ ਆਉਣੀ ਸੀ। ਉਹ ਰੱਬ ਨੇ ਡਿਊਟੀ ਕਿਸਾਨਾਂ ਦੀ ਲਾਤੀ ਹੈ, ਉਹ ਵੱਖਰੀ ਗੱਲ ਹੈ, ਕਿਉਂਕਿ ਭਗਤ ਪੂਰਨ ਸਿੰਘ ਜੀ ਨੇ ਬਹੁਤ ਦੇਰ ਪਹਿਲਾਂ ਕਹਿਤਾ ਸੀਗਾ ਕਿ ਜਦੋਂ ਸਾਡੇ ਦੇਸ਼ ਦੇ ਰਾਜਨੀਤਿਕ ਨੇਤਾ ਅਤੇ ਜਿਹੜੇ ਅਧਿਕਾਰੀ ਨੇ ਇਹ ਬੇਈਮਾਨ ਹੋ ਜਾਣਗੇ, ਰਿਸ਼ਵਤ ਖਾਣ ਲੱਗ ਜਾਣਗੇ, ਤਾਂ ਉਹਨਾਂ ਨੇ ਇੱਕ ਕਿਤਾਬਚਾ ਲਿਖਿਆ, ਕਿਸ਼ਤੀ ਢਿੱਡ ਦੇ ਭਾਰ ਨਾਲ ਡੁੱਬਦੀ ਹੈ। ਕਿਸ਼ਤੀ ਆਪਣਾ ਦੇਸ਼ ਹੈ, ਅਤੇ ਢਿੱਡ ਦਾ ਭਾਰ ਹੈਗਾ ਜਿਹੜਾ ਤੁਸੀਂ ਰਿਸ਼ਵਤ ਦਾ ਪੈਸਾ ਖਾਂਦੇ ਹੋ। ਤਾਂ ਇਸ ਕਰਕੇ ਜਦੋਂ ਰਿਸ਼ਵਤ ਦਾ ਪੈਸਾ ਬਹੁਤਾ ਜ਼ਿਆਦਾ ਖਾਣ ਲੱਗ ਜਾਓ, ਤਾਂ ਫਿਰ ਦੇਸ਼ ਦੀ ਕਿਸ਼ਤੀ ਡੁੱਬਣ ਲੱਗ ਜਾਂਦੀ ਹੈ। ਤਾਂ ਸਾਡਾ ਹਾਲ ਸ਼ੁਰੂ ਹੋ ਗਿਆ ਕਿ ਇੰਨੀ ਜ਼ਿਆਦਾ ਰਿਸ਼ਵਤਖੋਰੀ ਹੋ ਗਈ ਕਿ ਜਦੋਂ ਮਤਲਬ ਇੱਕ ਇਹਨਾਂ ਦਾ ਰਾਜਨੀਤਿਕ ਨੇਤਾ ਦਾ ਅਤੇ ਜਿਹੜੇ ਅਧਿਕਾਰੀ ਨੇ ਇਹਨਾਂ ਦਾ ਐਸਾ ਗੱਠਜੋੜ ਬਣ ਗਿਆ, ਅਤੇ ਕੁਛ ਜਿਹੜੇ ਅਮੀਰ ਆਦਮੀ ਨੇ ਇਹ ਸਾਰਿਆਂ ਦਾ ਐਸਾ ਗੱਠਜੋੜ ਬਣ ਗਿਆ ਕਿ ਇਹਨਾਂ ਨੇ ਸਾਰੇ ਦੇਸ਼ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਜਿਹਦਾ ਕਾਰਨ ਇਹ ਹੋਣਾ ਹੀ ਸੀਗਾ ਕਿ ਕ੍ਰਾਂਤੀ ਆਉਣੀ ਆਉਣੀ ਸੀ। ਹਰ ਭਗਤ ਜੀ ਨੇ ਪਹਿਲਾਂ ਇੰਨੇ ਸਾਲ ਪਹਿਲਾਂ ਕਹਿਤਾ ਸੀਗਾ ਵੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਫਿਰ ਖੂਨੀ ਕ੍ਰਾਂਤੀ ਆਇਆ ਕਰਦੀ ਹੈ। ਫਰਾਂਸ ਦੇਸ਼ ਇਸ ਗੱਲ ਦਾ ਗਵਾਹ ਹੈ, ਉਹਨਾਂ ਨੇ ਬੜੀ ਦੇਰ ਪਹਿਲਾਂ ਸਾਨੂੰ ਚੇਤਾਵਨੀ ਦਿੱਤੀ ਸੀਗੀ। ਅਤੇ ਉਹ ਹੁਣ ਥੋੜ੍ਹੇ ਦੇਰ ਪਹਿਲਾਂ ਹੀ ਜਦੋਂ ਅਜੇ ਕਿਸਾਨੀ ਅੰਦੋਲਨ ਸ਼ੁਰੂ ਨਹੀਂ ਸੀ ਹੋਇਆ ਤਾਂ ਮੈਂ ਬੈਠੇ ਬੈਠੇ ਗੱਲ ਕੀਤੀ ਸੀ ਵੀ ਹੁਣ ਜਿਹੜੀ ਹੈ ਨਾ ਕ੍ਰਾਂਤੀ ਆਉਣੀ ਚਾਹੀਦੀ ਹੈ। ਕਹਿੰਦੇ ਨਹੀਂ ਜੀ ਇੱਥੇ ਨਹੀਂ ਆਉਂਦੇ। ਮੈਂ ਕਿਹਾ ਨਹੀਂ ਆਏਗੀ। ਉਹ ਥੋੜ੍ਹੀ ਦੇਰ ਬਾਅਦ ਹੀ ਸ਼ੁਰੂ ਹੋ ਗਿਆ ਕੰਮ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਕਿਸਾਨ ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਵੀ ਇਹਨਾਂ ਨੂੰ ਅਕਲ ਨਹੀਂ, ਘੱਟ ਬਣੇ ਹੋਏ ਨੇ, ਇਹਨਾਂ ਨੂੰ ਦਿਮਾਗ ਘੱਟ ਹੈ, ਜਾਂ ਇਹਨਾਂ ਨੂੰ ਸਿਰਫ ਮਿੱਟੀ 'ਚ ਮਿੱਟੀ ਬਣਨਾ ਹੀ ਆਉਂਦਾ, ਉਹਨਾਂ ਨੇ ਦੁਨੀਆ ਦੇ ਵਿੱਚ ਕ੍ਰਾਂਤੀ ਲਿਆ ਦਿੱਤੀ। ਇਹ ਜਿਹੜੇ ਕਾਨੂੰਨ ਹੈ ਇਹ ਯੂਰਪ ਅਤੇ ਅਮੈਰੀਕਾ 'ਚ ਪਹਿਲਾਂ ਹੀ ਕਦੋਂ ਦੇ ਬਣੇ ਹੋਏ ਸੀਗੇ, ਔਰ ਯੂਰਪ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ। ਔਰ ਅਮੈਰੀਕਾ ਦੀ 2.5 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਬਿਲ ਗੇਟਸ ਕੋਲ ਅਤੇ ਐਮਾਜ਼ੋਨ ਕੋਲ ਹੈ, ਆਮ ਕਿਸਾਨ ਜਿਹੜੇ ਨੇ ਵਿਹਲੇ ਕਰ ਦਿੱਤੇ। ਉੱਥੇ ਕ੍ਰਾਂਤੀ ਤਾਂ ਨਹੀਂ ਆਈ ਕਿਉਂਕਿ ਉੱਥੇ ਸੋਸ਼ਲ ਸਿਕਿਉਰਿਟੀ ਹੈ, ਉੱਥੇ ਜਿਹੜਾ ਵਿਹਲਾ ਹੈ ਉਹਨੂੰ ਖਾਣ ਪੀਣ ਜੋਗਾ ਸਰਕਾਰ ਪੈਸੇ ਦਿੰਦੀ ਹੈ, ਭੁੱਖਾ ਨਹੀਂ ਮਰਦਾ। ਪਰ ਸਾਡੇ ਦੇਸ਼ ਵਿੱਚ ਤਾਂ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਹੈਗਾ। ਜਦੋਂ ਆਪਾਂ ਕੀਤਾ COVID-19 ਜਾਂ ਨੋਟਬੰਦੀ 'ਚ ਅਸੀਂ ਦੇਖਦੇ ਰਹੇ ਹਾਂ ਕਿ ਲੋਕ ਕਿਵੇਂ ਭੁੱਖਮਰੀ ਦੇ ਸ਼ਿਕਾਰ ਹੋਏ ਨੇ। ਪਹਿਲਾਂ ਤਾਂ ਨੋਟਬੰਦੀ ਦੇ ਵਿੱਚ ਭੁੱਖ ਦੇ ਸ਼ਿਕਾਰ ਹੋਏ, ਫਿਰ ਜਦੋਂ ਕਰੋਨਾ ਆ ਗਿਆ ਤਾਂ ਫਿਰ ਕਰਫਿਊ ਲਾਉਣ ਨਾਲ ਜਿਹੜਾ ਗਰੀਬ ਰੋਜ਼ ਪੈਸੇ ਕਮਾ ਕੇ ਰੋਜ਼ ਰੋਟੀ ਖਾਂਦਾ ਸੀਗਾ, ਮੈਨੂੰ ਤਾਂ ਨਾ ਪਹਿਲੇ ਦਿਨ ਘਬਰਾਹਟ ਸ਼ੁਰੂ ਹੋ ਗਈ ਵੀ ਇਹ ਕਰਫਿਊ ਲੱਗ ਗਿਆ ਤਾਂ ਜਿਹੜਾ ਰੋਜ਼ ਪੈਸੇ ਕਮਾ ਕੇ ਰੋਜ਼ ਰੋਟੀ ਰੋਜ਼ ਦੀ ਰੋਟੀ ਕਮਾਉਂਦਾ ਉਹਦਾ ਕੀ ਬਣੇਗਾ। ਇੱਥੇ ਮੈਂ ਮੀਟਿੰਗ ਕੀਤੀ ਆਪਣੇ, ਕਿਉਂਕਿ ਮੇਰੇ ਇੱਕ ਰਿਸ਼ਤੇਦਾਰ ਕਰਿਆਨੇ ਦੀ ਦੁਕਾਨ ਆ, ਉਹ ਵੀ ਇੰਡਸਟਰੀਅਲ ਏਰੀਆ 'ਚ, ਅਤੇ ਮੈਂ ਦੇਖਦੀ ਸੀ ਕਿ ਜਿਹੜੇ ਮਜ਼ਦੂਰ ਨੇ ਨਾ ਉਹ 2 ਕੁ ਦਿਨਾਂ ਦਾ ਰਾਸ਼ਨ ਲੈ ਕੇ ਜਾਂਦੇ, 2 ਦਿਨਾਂ ਦੇ ਰਾਸ਼ਨ ਨਾਲ ਫਿਰ 2 ਦਿਨਾਂ ਬਾਅਦ ਫਿਰ ਲੈ ਜਾਂਦੇ ਆ। ਤਾਂ ਮੈਂ ਕਿਹਾ ਉਹ ਇੰਨੇ ਦਿਨ ਕਰਫਿਊ 'ਚ ਕੀ ਕਿਵੇਂ ਗੁਜ਼ਾਰਾ ਕਰਨਗੇ। ਇੱਥੇ ਮੀਟਿੰਗ ਕੀਤੀ ਆਪਣੇ ਸਟਾਫ ਨਾਲ ਅਤੇ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਬੀਬੀਆਂ ਜਿਹੜੀਆਂ ਸੇਵਾਦਾਰ ਜਾਂ ਸੇਵਾਦਾਰਨੀਆਂ ਨੇ ਵੀ ਆਪਣੇ ਗੁਆਂਢ 'ਚ ਦੇਖੋ ਰੋਟੀ ਪੱਕਦੀ ਹੈ ਕਿ ਨਹੀਂ, ਜੇ ਨਹੀਂ ਪੱਕਦੀ ਤਾਂ ਆਪਾਂ ਇੱਥੋਂ ਭੇਜ ਦਿਆ ਕਰਾਂਗੇ।
ਤਾਂ ਅਸੀਂ 250-300 ਪਰਿਵਾਰਾਂ ਦੀ ਰੋਟੀ ਭੇਜਣੀ ਸ਼ੁਰੂ ਕਰਤੀ। ਉਸ ਤੋਂ ਬਾਅਦ ਤਾਂ ਫਿਰ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਹੋਈ, ਬਹੁਤ ਲੰਗਰ ਲਾਤੇ ਲੋਕਾਂ ਨੇ। ਪਰ ਫਿਰ ਵੀ ਜਿਹੜੇ 2-2 ਹਜ਼ਾਰ ਕਿਲੋਮੀਟਰ ਤੁਰ ਕੇ ਗਏ ਲੋਕ ਔਰ ਕਰਫਿਊ ਦੇ ਵਿੱਚ ਰਸਤੇ ਵਿੱਚ, ਇੱਕ ਸਟੋਰੀ ਪੜ੍ਹੀ ਮੈਂ, ਇੱਕ ਔਰਤ ਦੇ ਬੱਚਾ ਹੋ ਗਿਆ, ਉਹਨੂੰ ਵੀ ਇੱਕ ਸਿੱਖ ਪਰਿਵਾਰ ਨੇ ਆਪਣੇ ਘਰ ਰੱਖਿਆ, ਉਹਨੂੰ ਕੱਪੜੇ ਦਿੱਤੇ, ਰੋਟੀ ਰਾਟੀ ਖਵਾਈ, 2-4 ਦਿਨ ਰੱਖਿਆ, ਸਿਹਤ ਠੀਕ ਹੋਈ, ਫਿਰ ਉਹਨੂੰ ਭੇਜਿਆ ਆਪਣੇ ਘਰ। ਜੇ ਗੁਰੂ ਸਾਹਿਬ ਨੇ ਸਾਨੂੰ ਇਹ ਲੰਗਰ ਦੀ ਪ੍ਰਥਾ ਨਾ ਦਿੱਤੀ ਹੁੰਦੀ ਤਾਂ ਸਾਡੇ ਕੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੰਗਰ ਲੱਗੇ। ਇੱਥੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ। ਕੱਲ੍ਹ ਜਿਹੜੀ ਇੱਕ KMP ਜਿਹੜਾ ਆਪਣਾ ਰੋਡ ਹੈ, KMP ਜਿਹੜਾ ਚੱਲਦਾ ਹੈ, ਉਹਨੂੰ ਕੱਲ੍ਹ ਬੰਦ ਕੀਤਾ ਗਿਆ। ਉੱਥੋਂ ਦੀ ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਛੋਟੇ ਛੋਟੇ ਬੱਚੇ ਜਿਹੜੇ ਉਸ ਜਾਮ 'ਚ ਫਸੇ ਸੀ, ਅਤੇ ਉਹਨਾਂ ਦੇ ਮਾਂ ਪਿਓ ਦੇ ਨਾਲ ਜਦੋਂ ਗੱਲਬਾਤ ਕੀਤੀ ਕਿ ਤੁਸੀਂ ਇਸ ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਸੋਚਦੇ ਹੋ, ਉਹ ਕਹਿੰਦੇ ਕਿ ਚਲੋ ਅਸੀਂ ਉੱਦਾਂ ਤਾਂ ਹਮਾਇਤ ਨਹੀਂ ਕਰ ਸਕਦੇ ਕਿਉਂਕਿ ਅਸੀਂ ਕੰਮਕਾਰ ਵਾਲੇ ਬੰਦੇ ਹਾਂ, ਸਾਡੇ ਕੋਲ ਸਮਾਂ ਨਹੀਂ ਹੈ, ਪਰ ਜੇਕਰ ਅਸੀਂ ਅੱਜ ਇਸ ਜਾਮ 'ਚ ਫਸੇ ਹਾਂ, ਇਸ ਅੰਦੋਲਨ ਦੀ ਜਿਹੜੀ ਅਸੀਂ ਸਾਥ ਦੇ ਰਹੇ ਹਾਂ ਕਿਸੇ ਨਾ ਕਿਸੇ ਤਰੀਕੇ, ਭਾਵੇਂ ਅਸੀਂ ਆਪਣੇ ਆਪ ਨੂੰ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ, ਅਸੀਂ ਜਾਮ ਦੇ ਵਿੱਚ ਫਸੇ ਹਾਂ। ਉੱਥੇ ਉਹ ਕਹਿ ਰਹੇ ਸੀ ਕਿ ਜਿਹੜੇ ਮੇਰੇ ਬੱਚੇ ਨੇ ਛੋਟੇ ਛੋਟੇ, ਉਹਨਾਂ ਨੂੰ ਜਿਵੇਂ ਕਿ ਮੰਨ ਲਓ ਕਿ ਕਿਸਾਨ ਵੀਰਾਂ ਦੀ ਇੰਨੀ ਕੁ ਉਹਨਾਂ ਨੇ ਹਮਦਰਦੀ ਦੱਸੀ ਕਿ ਉਹਨਾਂ ਦੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਕਿਸੇ ਚੀਜ਼ ਦੀ ਉਹਨਾਂ ਨੇ ਕਮੀ ਨਹੀਂ ਆਉਣ ਦਿੱਤੀ। ਚਾਹੇ ਸਰਕਾਰ ਦੇ ਕੰਨ ਖੋਲ੍ਹਣ ਲਈ ਉਹ ਜਾਮ ਲਾਇਆ ਗਿਆ ਸੀ, ਪਰ ਉਹਦੇ ਵਿੱਚ ਵੀ ਲੋਕਾਂ ਦੀ ਜਿਹੜੀ ਕਹਿ ਲਓ ਕਿ ਤੁਸੀਂ ਉਹਨਾਂ ਨੂੰ ਪਰੇਸ਼ਾਨੀ, ਕਿਸੇ ਚੀਜ਼ ਦੀ ਤੰਗੀ ਨਹੀਂ, ਕੋਈ ਖਾਣ ਦੀ, ਕੋਈ ਪੀਣ ਦੀ, ਤੁਸੀਂ ਇਸ ਦਾ ਜਜ਼ਬਾ ਜਿਹੜਾ ਸਿੱਖਾਂ ਦੇ ਅੰਦਰ, ਤੁਸੀਂ ਜਿਵੇਂ ਦੱਸਿਆ ਕਿ ਕਰੋਨਾ ਦੀ ਮਹਾਂਮਾਰੀ ਦੇ ਅੰਦਰ ਸੇਵਾ ਕੀਤੀ ਗਈ ਪਿੰਗਲਵਾੜੇ ਵੱਲੋਂ, ਜਿਹੜਾ ਇਹ ਸਿੱਖਾਂ ਦਾ ਜਿਹੜਾ ਜਜ਼ਬਾ ਸ਼ੁਰੂ ਤੋਂ ਗੁਰੂ ਨਾਨਕ ਪਾਤਸ਼ਾਹ ਤੋਂ ਚੱਲਿਆ ਹੈ, ਇਹ ਹੁਣ ਤੱਕ ਚੱਲਦਾ ਆ ਰਿਹਾ, ਅਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ? ਵੇਖੋ, ਜਿਹੜੇ ਵੱਡੇ ਬਜ਼ੁਰਗ, ਜਿਹੜੇ ਸਿਆਣੇ ਹੁੰਦੇ ਆ, ਜੋ ਸਾਡੇ ਗੁਰੂ ਸਾਹਿਬਾਨ ਸੀ, ਉਹ ਪੈੜਾਂ ਪਾ ਗਏ ਸਾਡੇ ਵਾਸਤੇ। ਉਹਨਾਂ ਨੇ ਮਤਲਬ ਸਿਰਫ ਗੱਲਾਂ ਹੀ ਨਹੀਂ ਕੀਤੀਆਂ, ਬਾਣੀ ਨਹੀਂ ਰਚੀ, ਪਰ ਉਹਨਾਂ ਨੇ ਜੋ ਵੀ ਕਿਹਾ ਉਹਦੇ 'ਤੇ ਤੁਰ ਕੇ ਵਿਖਾਇਆ, ਉਸਦੇ 'ਤੇ ਚੱਲ ਕੇ ਦਿਖਾਇਆ, ਸਾਡੇ ਵਾਸਤੇ ਉਦਾਹਰਣ ਜਿਹੜੀ ਸੀ ਪੇਸ਼ ਕੀਤੀ ਵੀ ਇੱਦਾਂ ਕਰਨਾ। ਮਾਤਾ ਖੀਵੀ ਜੀ ਬਾਰੇ ਪੜ੍ਹ ਰਹੀ ਸੀਗੀ, ਜਿਵੇਂ ਵਿਮੈਨ ਡੇ ਹੈ, ਅਤੇ ਮਾਤਾ ਖੀਵੀ ਜੀ ਨੇ ਕਿਸ ਤਰ੍ਹਾਂ ਲੰਗਰ ਦੇ ਵਿੱਚ ਸੇਵਾ ਕਰਦੇ ਸੀਗੇ, ਆਪਾਂ ਵਾਰ ਕੇ ਫਿਰ ਸਭ ਨੂੰ ਬਰਾਬਰ ਲੰਗਰ ਛਕਾਉਂਦੇ ਸੀ, ਅਤੇ ਦੁੱਧ ਦੀ ਖੀਰ ਦੇ ਵਿੱਚ ਵੀ ਘਿਓ ਪਾਇਆ ਜਾਂਦਾ ਸੀਗਾ। ਤੋ ਇਹ ਜਿਹੜਾ ਸਾਨੂੰ ਨਕਸ਼ੇ ਕਦਮ ਸਾਡੇ ਸਾਹਮਣੇ, ਸਾਡਾ ਵਿਰਸਾ ਇੰਨਾ ਤਗੜਾ ਹੈਗਾ, ਕੁਰਬਾਨੀਆਂ ਦਾ, ਬਰਦਾਸ਼ਤ, ਸਬਰ ਅਤੇ ਸੰਤੋਖ ਦਾ, ਜਿਹੜਾ ਗੁਰੂ ਅਰਜਨ ਪਾਤਸ਼ਾਹ ਜੀ ਤੱਤੀਆਂ ਤਵੀਆਂ 'ਤੇ ਬੈਠ ਕੇ ਸਾਨੂੰ ਸਬਰ ਸੰਤੋਖ ਸਿਖਾਇਆ, ਜਿਹਦੇ ਕਰਕੇ ਰੱਬ ਨੇ ਕਿਸਾਨਾਂ ਦੀ ਡਿਊਟੀ ਲਾਤੀ ਹੈ ਕ੍ਰਾਂਤੀ ਲਿਆਉਣ ਦੀ। ਐਕਚੁਅਲੀ ਜਿਹੜਾ ਕ੍ਰਾਂਤੀ ਹੈ, ਇਹ ਲੋਕਤੰਤਰ ਨੂੰ ਬਚਾਉਣ ਦੀ ਕ੍ਰਾਂਤੀ ਹੈ, ਸਿਰਫ ਕਿਸਾਨਾਂ ਦੀ ਗੱਲ ਨਹੀਂ, ਇਹਦੇ ਵਿੱਚ ਸਾਰੇ ਹੀ ਆ ਜਾਂਦੇ ਆ, ਕਿਉਂਕਿ ਜੇ ਇਹਨਾਂ ਨੇ ਇਹ ਕਾਨੂੰਨ ਪਾਸ ਕਰ ਦਿੱਤੇ ਤਾਂ ਲੋਕਾਂ ਕੋਲ ਕੁਛ ਨਹੀਂ ਬਚਣਾ ਖਾਣ ਨੂੰ। ਇਹ ਤਾਂ ਹੁਣ ਤਾਂ ਗੈਸ ਸਿਲੰਡਰ 'ਤੇ ਸ਼ੁਰੂ ਹੋਇਆ ਨਾ ਕੰਮ, ਅਤੇ ਆਟਾ ਵੀ 100 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਣਾ ਆਮ ਲੋਕਾਂ ਨੂੰ, ਕਿਉਂਕਿ ਸਟੋਰ ਇੰਨੇ ਵੱਡੇ ਵੱਡੇ ਬਣਾਤੇ ਆ, ਅਤੇ ਇਹਨਾਂ ਨੇ ਜਿਹੜੀ ਹੈ ਨਕਲੀ ਇੱਕ ਆਟਾ ਦਿਖਾ ਦੇਣਾ ਵੀ ਕੋਈ ਨਹੀਂ ਹੈ ਹੀ ਨਹੀਂ ਕਣਕ, ਅਤੇ ਜਦੋਂ ਹਾਹਾਕਾਰ ਮੱਚ ਜਾਣੀ ਆ, ਫਿਰ ਇਹਨਾਂ ਨੇ ਬਹੁਤ ਮਹਿੰਗਾ ਸਾਰਾ ਕੁਛ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਦੇਣੀਆਂ ਨੇ। ਅਰੇ ਸਰਕਾਰ ਤਾਂ ਇਹ ਚਾਹੁੰਦੀ ਆ ਵੀ ਗਰੀਬ ਹੀ ਖਤਮ ਕਰ ਦਿਉ, ਗਰੀਬੀ ਨਹੀਂ ਖਤਮ ਕਰਨੀ, ਗਰੀਬ ਹੀ ਖਤਮ ਕਰ ਦਿਉ, ਅਤੇ ਜਿਹੜੇ ਮਿਡਲ ਕਲਾਸ ਫੈਮਿਲੀ ਆ ਉਹਨਾਂ ਨੂੰ ਗਰੀਬ ਬਣਾ ਦਿਉ। ਤੋ ਇਨਸਾਨੀਅਤ ਦੇ ਵਿਰੁੱਧ ਜਿਹੜੇ ਕੰਮ ਕਰ ਰਹੇ ਨੀਤੀਆਂ, ਇਕੱਲੀ ਖੁਰਾਕ ਦੀ ਨੀਤੀ ਨਹੀਂ ਹੈਗੀ, ਪੜ੍ਹਾਈ ਦੀ, ਐਜੂਕੇਸ਼ਨ ਨੀਤੀ, ਤਾਂ ਉਹਨਾਂ ਨੇ ਐਜੂਕੇਸ਼ਨ ਦੀ ਖਿਤਾਬ ਕੀਤੀ, ਫਿਰ ਕਲਚਰ, ਵੱਖਰੇ ਵੱਖਰੇ ਜ਼ੋਨ ਬਣੇ ਹੋਏ ਸੀ। ਜਦੋਂ ਅਸੀਂ ਕਿਰਤੀ ਮੇਲਾ ਕੀਤਾ, ਉਦੋਂ ਅਸੀਂ ਜਿਹੜੇ ਹੈਂਡੀਕੈਪ ਬਣ ਦਾ ਗਰੁੱਪ ਸੀਗਾ, ਭੰਗੜੇ ਦਾ ਬੁਲਾਇਆ ਸੀਗਾ ਇੱਥੇ ਪਿੰਗਲਵਾੜੇ ਸੰਸਥਾ ਦੇ ਵਿੱਚ, ਔਰ ਉਹ ਜ਼ੋਨ ਨੌਰਥ ਜ਼ੋਨ ਕਲਚਰ ਦੇ ਅੰਡਰ ਕੰਮ ਕਰ ਰਹੇ ਸੀਗੇ। ਉਦੋਂ ਮੈਨੂੰ ਪਤਾ ਲੱਗਾ ਵੀ ਇੰਡੀਆ ਦੇ ਵਿੱਚ ਕਲਚਰਲ ਜ਼ੋਨ ਬਣੇ ਹੋਏ ਵੱਖਰੇ ਵੱਖਰੇ, ਇਹ ਵੀ ਖਤਮ ਕਰ ਦਿੱਤੇ ਇਹਨਾਂ ਨੇ। ਇਹਨਾਂ ਨੇ ਇੱਕੋ ਸੈਂਟਰ ਥੱਲੇ ਸਾਰਾ ਕੁਛ ਕਰਨਾ ਚਾਹੁੰਦੇ ਆ, ਲੇਬਰ ਲਾਜ਼ ਵੀ ਖਤਮ ਕਰਤੇ, ਜਿਹੜੇ ਪਤਾ ਨਹੀਂ ਕਿੰਨੀ ਮਿਹਨਤ ਨਾਲ ਮਜ਼ਦੂਰਾਂ ਨੇ ਕਾਨੂੰਨ ਆਪਣੇ ਹੱਕ 'ਚ ਬਣਾਏ ਸੀ, 8 ਘੰਟੇ ਕੰਮ ਕਰਨਾ ਤਾਂ ਘੱਟੋ ਘੱਟ ਇੰਨੀ ਜਿਹੜੀ ਹੈ ਉਹਨਾਂ ਨੂੰ ਮਜ਼ਦੂਰੀ ਮਿਲਣੀ ਚਾਹੀਦੀ ਹੈ, ਫਿਰ ਉਹਨਾਂ ਨੂੰ ਐਵੇਂ ਜਲਦੀ ਕੱਢਿਆ ਨਹੀਂ ਜਾ ਸਕਦਾ ਫੈਕਟਰੀ 'ਚੋਂ। ਉਹ ਸਾਰੇ ਕਾਨੂੰਨਾਂ 'ਤੇ ਇੱਕ ਮਿੰਟ 'ਚ ਲਾਈਨ ਮਾਰ ਦਿੱਤੀ ਹੈ ਇਹਨਾਂ ਨੇ। ਅਜੇ ਲੋਕਾਂ ਨੂੰ ਅਜੇ ਜਾਗਰਤੀ ਇੰਨੀ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਹੈ। ਅਤੇ ਕਿਸਾਨਾਂ ਦੀ ਤਾਂ ਡਿਊਟੀ ਹੋਊ, ਕਿਸਾਨ ਰੱਬ ਦੀ ਕਿਰਪਾ ਨਾਲ, ਕਿਉਂਕਿ 10-9 ਦੀ ਕਿਰਤ ਕਰਦੇ ਆ, ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ 'ਤੇ ਚੱਲਦੇ ਆ, ਇਸ ਕਰਕੇ ਇਹਨਾਂ ਦੇ ਵਿੱਚ ਅਜੇ ਇਮਾਨਦਾਰੀ
ਅਤੇ ਨੈਤਿਕ ਕਦਰਾਂ ਕੀਮਤਾਂ ਹੈਗੀਆਂ ਨੇ, ਜਿਹਦੇ ਕਰਕੇ ਪੁਲਿਸੀਆਂ ਨੂੰ ਵੀ ਰੋਟੀ ਖਵਾਉਂਦੇ ਆ, ਜਿਹਦੇ ਕਰਕੇ ਦੇ ਆਲੇ ਦੁਆਲੇ ਜਿਹੜੇ ਗਰੀਬ ਆ ਸਾਰੇ ਖੁਸ਼ਹਾਲ ਨੇ ਇਸ ਵੇਲੇ, ਸਗੋਂ ਆ ਕੇ ਲੰਗਰ 'ਚ ਸੇਵਾ ਕਰਦੇ ਆ। ਜਦੋਂ ਅਸੀਂ ਉੱਥੇ ਗਏ ਕਿਰਤੀ ਮੇਲੇ ਦੇ ਵਿੱਚ, ਕੋਲ ਪਿੱਛੇ ਇੱਕ ਬੂਟੇ ਬਾਟੇ ਵੇਚਣ ਵਾਲੀ ਸੀਗੀ, ਕੀ ਕਹਿੰਦੇ ਆਪਾਂ ਉਹਨੂੰ, ਵੇਚਦੇ ਸੀਗੇ ਪਲਾਂਟਸ, ਅਤੇ ਨਰਸਰੀ ਸੀ ਉਹਦੇ 'ਚ ਕੰਮ ਕਰਨ ਵਾਲੇ ਜਿਹੜੇ ਬੰਦੇ ਸੀ ਨਾ, ਉਹ ਨਰਸਰੀ ਤਾਂ ਚੱਲ ਹੀ ਨਹੀਂ ਸੀ ਰਹੀ ਕਿਉਂਕਿ ਹਾਲਾਤ ਇਹੋ ਜਿਹੇ ਸਨ, ਇਸ ਕਰਕੇ ਉਹ ਨਰਸਰੀ ਦੇ ਸਾਰੇ ਬੰਦੇ ਲੰਗਰ 'ਚ ਆ ਕੇ ਸੇਵਾ ਕਰਦੇ ਸੀ। ਅਤੇ ਜਿਹੜਾ ਨਰਸਰੀ ਉਹਨਾਂ ਨੇ ਖੋਲ੍ਹ ਛੱਡੀ ਸੀ ਵੀ ਜਿਹੜੇ ਕਿਸੇ ਨੇ ਬਾਥਰੂਮ ਵਗੈਰਾ ਜਾਣਾ, ਨਹਾਉਣਾ ਧੋਣਾ, ਮਤਲਬ ਇੰਨੀ ਜ਼ਿਆਦਾ ਕੋਪਰੇਸ਼ਨ ਇੱਕ ਦੂਜੇ ਨਾਲ, ਸਹਿਕਾਰਤਾ। ਔਰ ਉੱਥੇ ਜਾ ਕੇ ਇੱਕ ਵੱਖਰਾ ਮਾਹੌਲ ਇੱਦਾਂ ਦਾ ਸੀ ਕਿ ਇੰਝ ਨਹੀਂ ਸੀ ਲੱਗਦਾ ਵੀ ਅਸੀਂ ਉੱਪਰੀ ਥਾਂ 'ਤੇ ਆਏ ਹਾਂ ਅਤੇ ਉੱਪਰੇ ਬੰਦੇ ਨੇ, ਇੱਥੇ ਸਾਰੇ ਆਪਣੇ ਲੱਗਦੇ ਸੀਗੇ। ਇਹ ਕਿੱਡੀ ਵੱਡੀ ਗੱਲ ਹੈ। ਔਰ ਜਿਹੜਾ ਇਹਦੇ ਫਾਇਦੇ ਬਹੁਤ ਹੋਏ ਨੇ, ਜਿਹੜਾ ਅੰਦੋਲਨ ਆ ਨਾ, ਪਹਿਲਾਂ ਪਿੰਡਾਂ ਦੇ ਵਿੱਚ ਲੋਕ ਮਤਲਬੀ ਅਤੇ ਸਵਾਰਥੀ ਹੋ ਗਏ ਸੀਗੇ, ਕੋਈ ਕਿਸੇ ਦੀ ਮਦਦ ਕਰਨ ਨੂੰ ਤਿਆਰ ਨਹੀਂ ਸੀ ਆ, ਗਰੀਬ ਦੀ, ਸਭ ਆਪਣੇ ਆਪਣੇ ਵੱਖਰੇ, ਟਰੈਕਟਰ ਵੱਖਰਾ ਹੀ, ਸਾਰਾ ਕੁਛ, ਲੈਣ ਦੇਣ ਵੀ ਖਤਮ ਹੋ ਗਿਆ ਸੀ। ਜਦੋਂ ਹੁਣ ਮੁਸੀਬਤ ਪਈ ਹੈ ਤਾਂ ਜਿਹੜੇ ਬੰਦੇ ਇੱਥੇ ਮੋਰਚੇ 'ਤੇ ਆਉਂਦੇ ਆ, ਜਿਹੜੇ ਬਾਕੀ ਪਿੱਛੇ ਰਹਿ ਗਏ, ਉਹਨਾਂ ਦੇ ਵੀ ਫਸਲਾਂ ਦਾ ਧਿਆਨ ਦੇ ਰਹੇ ਨੇ, ਤਾਂ ਇੱਕ ਜਿਹੜਾ ਭਾਈਚਾਰਾ ਖਤਮ ਹੋ ਰਿਹਾ ਸੀ ਉਹ ਫਿਰ ਜਿਹੜਾ ਸ਼ੁਰੂ ਹੋਇਆ ਦੁਬਾਰਾ। ਇਹ ਜਿਹੜੀਆਂ ਕਈ ਗੱਲਾਂ ਇਹਦੇ ਜਿਹੜੀਆਂ ਸਾਨੂੰ ਸਿਖਾ ਗਿਆ ਇਹ ਅੰਦੋਲਨ ਸਿਖਾ ਰਿਹਾ। ਔਰ ਇੱਕ ਸਭ ਤੋਂ ਵਧੀਆ ਗੱਲ ਇਹ ਸਿਖਾਤੀ ਹੈ ਵੀ ਰਾਜਨੀਤਿਕ ਲੋਕਾਂ 'ਤੇ ਵਿਸ਼ਵਾਸ ਨਹੀਂ ਕਰਨਾ ਹੈਗਾ। ਔਰ ਜਿਹੜੇ ਜਵਾਨ ਬੱਚੇ ਨੇ ਉਹਨਾਂ 'ਚ ਇੰਨੀ ਤਬਦੀਲੀ ਆਈ ਹੈ ਕਿ ਹੁਣ ਸਵਾਲ ਕਰ ਸਕਦੇ ਹੈ ਰਾਜਨੀਤਿਕ ਲੋਕਾਂ ਨੂੰ ਅਜੇ ਵੀ। ਪਰ ਜਿਹੜਾ ਮੈਂ ਇੱਕ ਕਮਜ਼ੋਰੀ ਦੇਖ ਰਹੀ ਹਾਂ ਸਾਡੇ ਲੋਕਾਂ ਦੇ ਵਿੱਚ, ਅਣਖ ਸਾਡੀ ਖਤਮ ਹੋਈ ਪਈ ਆ। ਜਿਵੇਂ ਵੋਟਾਂ ਦੇ ਵਿੱਚ ਖਰੀਦ ਲਓ, ਕਿਸੇ ਨੂੰ ਭੁੱਕੀ ਦੇ ਲਓ, ਕਿਸੇ ਨੂੰ ਸ਼ਰਾਬ ਦੇ ਲਓ, ਕਿਸੇ ਨੂੰ ਲੈਪਟੋਪ ਦੇ ਦਿਓ, ਲਾਲਚ ਦੇ ਕੇ ਅਜੇ ਵੀ ਬੰਦੇ ਖਰੀਦੇ ਜਾ ਰਹੇ ਆ। ਜਿਹੜੀਆਂ ਹੁਣ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਅਜੇ ਵੀ ਸ਼ਰਾਬ ਵੰਡੀ ਆ, ਲੋਕਾਂ ਨੇ ਲਈ ਹੈ। ਲੋਕਾਂ 'ਚ ਇੰਨੀ ਅਣਖ ਕਿਉਂ ਨਹੀਂ ਜਾਗ ਗਈ ਕਿ ਉਹਨਾਂ ਦੇ ਮੂੰਹ 'ਤੇ ਮਾਰਦੇ ਸ਼ਰਾਬ ਦੀ ਬੋਤਲ? ਇਹ ਕਦੋਂ ਜਾਗਣਗੇ? ਇਹ ਜਾਗਣਾ ਜਦੋਂ ਤੱਕ ਇੱਥੋਂ ਤੱਕ ਨਹੀਂ ਅਸੀਂ ਜਾਗਦੇ, ਉਦੋਂ ਤੱਕ ਸਾਡੇ ਰਾਜਨੀਤਿਕ ਨੇਤਾ ਠੀਕ ਨਹੀਂ ਹੋ ਸਕਦੇ। ਇਹਨਾਂ ਨੇ ਫਿਰ, ਇਹਨਾਂ ਦਾ ਭਾਈਚਾਰਾ ਬਣਿਆ ਹੋਇਆ ਇਹਨਾਂ ਨਾਲ, ਪੂੰਜੀਪਤੀਆਂ ਨਾਲ, ਜਿਹੜੇ ਵੱਡੇ ਵੱਡੇ ਸੈਲੋ ਬਣਿਆ ਹਿੱਸੇਦਾਰ ਨੇ ਇਹ ਵਿੱਚ, ਅਤੇ ਫਿਰ ਜਿਹੜੇ ਸਾਡੇ ਜਵਾਨ ਬੱਚੇ ਨੇ ਉਹ ਜਦ ਤੱਕ ਸਵਾਲ ਨਹੀਂ ਕਰਦੇ, ਜਦ ਤੱਕ ਅਣਖ ਨਾਲ ਜੀਣਾ ਨਹੀਂ ਸਿੱਖਦੇ, ਉਦੋਂ ਤੱਕ ਅਜੇ ਵੀ ਮੈਨੂੰ ਲੱਗਦਾ ਜਿਹੜਾ ਅੰਦੋਲਨ ਹੈ ਤਾਂ ਹੀ ਲੰਬਾ ਚੱਲ ਰਿਹਾ। ਜਿਹੜੀਆਂ ਸਾਡੀਆਂ ਹੋਰ ਕਮੀਆਂ ਨੇ ਉਹ ਵੀ ਰੱਬ ਨੇ ਦੂਰ ਕਰਨੀਆਂ ਨੇ। ਬਿਲਕੁਲ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਸਾਨੂੰ ਏਕਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ, ਜਿਹੜੀ ਇਹ ਮੂਵਮੈਂਟ ਸੀ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣੇ ਦੇ ਵੀਰਾਂ ਨੂੰ ਨਾਲ ਲੈ ਕੇ, ਅਤੇ ਜਿਹੜੀ ਹੁਣ ਭਾਰਤ 'ਚ ਹਰ ਜਗ੍ਹਾ ਦਾ, ਹਰ ਸ਼ਹਿਰ ਦਾ, ਹਰ ਦੇਸ਼ ਦਾ ਵਿਅਕਤੀ ਉੱਥੇ ਆ ਕੇ ਜਿਹੜਾ ਸਟੇਜ ਦੇ ਬਰਾਬਰ ਬੈਠਦਾ, ਅਤੇ ਕਿਤੇ ਨਾ ਕਿਤੇ ਆਪਾਂ ਨੂੰ ਇਕਜੁੱਟ ਹੋਣ ਦਾ ਹੁਣ ਜਿਹੜਾ ਸਮਾਂ ਮਿਲਿਆ ਵਾ, ਇਹ ਗੱਲ ਸਾਡੇ ਕਿਸਾਨ ਵੀਰ ਵੀ ਸਾਰੇ ਮੰਨਦੇ ਆ ਕਿ ਜਿਹੜੇ ਸਾਡੇ ਤੋਂ ਭਾਈਚਾਰੇ ਦੇ ਲੋਕ ਸੀ, ਜਿਵੇਂ ਹਰਿਆਣੇ ਵਾਲੇ ਭਾਈ, ਸ਼ੁਰੂ ਤੋਂ ਹੀ ਪਾਣੀ ਦੀ ਲੜਾਈ ਨੂੰ ਲੈ ਕੇ ਸਾਡੇ ਤੋਂ ਵੱਖ ਕੀਤੇ ਗਏ ਸੀ। ਹੁਣ ਵੀ ਜਦੋਂ ਸਰਕਾਰ ਵੱਲੋਂ ਚਾਲ ਚੱਲੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਪਾਣੀ ਦਾ ਮਸਲਾ ਅਸੀਂ ਬਾਅਦ 'ਚੋਂ ਕਰ ਲਾਂਗੇ, ਪਹਿਲਾਂ ਅਸੀਂ ਕਿਸਾਨੀ ਨੂੰ। ਜਦੋਂ ਕਹਿੰਦੇ ਜ਼ਮੀਨ ਹੀ ਰਹਿਣੀ ਸਾਡੀ, ਸਾਡੇ ਕੋਲ ਰਹਿਣੀ ਤਾਂ ਪਾਣੀ, ਅਸੀਂ ਕੀ ਕਰਨਾ? ਤੋ ਜਿਹੜਾ ਮਤਲਬ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ, ਸਭੇ ਸਾਂਝੀ ਵਾਇਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ, ਇਹ ਕਿੱਡੀ ਵੱਡੀ ਗੱਲ ਆ ਨਾ। ਅਸੀਂ ਫਿਰ ਵੀ ਇਸ ਪਿੰਡਾਂ 'ਚ ਵੀ ਦੇਖੋ ਕਿੰਨੇ ਗੁਰਦੁਆਰੇ ਜਾਤਾਂ ਦੇ ਨਾਂ 'ਤੇ ਗੁਰਦੁਆਰੇ ਸੀ, ਕਿੰਨੇ ਵੰਡੇ ਹੋਏ ਸੀ। ਅਸੀਂ ਜਦੋਂ ਗੁਰੂ ਸਾਹਿਬ ਨੇ ਸਾਡੀ ਵੰਡ ਖਤਮ ਕਰਤੀ ਸੀ, ਫਿਰ ਵੀ ਅਸੀਂ ਆਪਣੇ ਪੁਰਾਣੀਆਂ ਭੈੜੀਆਂ ਜਿਹੜੀਆਂ ਆਦਤਾਂ ਛੱਡੀਆਂ ਨਹੀਂ ਸੀ ਹੈਗੀਆਂ, ਅਤੇ ਹੁਣ ਅਸੀਂ ਜਿਹੜੇ ਕੇਰਲਾ ਦੇ ਬੰਦੇ ਆ ਉਹ ਵੀ ਸਾਡੇ ਭਰਾ ਬਣ ਗਏ, ਭੈਣ ਭਰਾ ਬਣ ਗਏ, ਜਿਹੜੇ ਮਦਰਾਸ ਦੇ ਉਹ ਵੀ ਸਾਡੇ ਭੈਣ ਭਰਾ ਬਣ ਗਏ। ਤਾਂ ਇਹ ਗੁਰੂ ਸਾਹਿਬ ਨੇ ਕੋਈ ਅਧਿਕ ਸ਼ਕਤੀ ਹੈ ਜਿਹੜੀ ਕੰਮ ਕਰ ਰਹੀ ਹੈ, ਜਿਹੜੀ ਸਾਡੇ ਵਿੱਚ ਇਸ ਜਿਹੜਾ ਦੁਨੀਆ ਹੈ ਇਹਨੂੰ ਸੁਧਾਰਨਾ ਚਾਹੁੰਦੇ ਆ, ਜਾਂ ਖਾਸ ਭਾਰਤ ਵਰਸ਼ ਦਾ ਇਲਾਕਾ ਹੈ ਇਹਦੇ 'ਤੇ ਜ਼ਿਆਦਾ ਬੁਰਾਈਆਂ ਆ ਗਈਆਂ ਸੀ, ਇਹਨਾਂ ਦਾ ਸੁਧਾਰ ਕਰਨ ਦਾ ਗੁਰੂ ਸਾਹਿਬ ਨੇ ਆਪਣੀ ਕੋਈ ਕਲਾ ਵਰਤਾਈ ਹੈ। ਔਰ ਇਹ ਉਨੀ ਦੇਰ ਚੱਲਦਾ ਰਹਿਣਾ ਜਦ ਤੱਕ ਅਸੀਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ, ਅਤੇ ਸਾਨੂੰ ਚਾਹੀਦਾ ਜਲਦੀ ਠੀਕ ਹੋ ਜਾਈਏ ਜੇ ਅਸੀਂ ਚਾਹੁੰਦੇ ਹਾਂ ਅੰਦੋਲਨ ਜਲਦੀ ਖਤਮ ਹੋਵੇ। ਬਿਲਕੁਲ ਜੀ ਬਿਲਕੁਲ, ਜਿੱਦਾਂ ਕਿ ਜਿਹੜੇ ਵੀਰ ਹੁਣ ਵੀ ਘਰਾਂ 'ਚ ਬੈਠੇ ਨੇ ਉਹ ਇਸ ਅੰਦੋਲਨ ਦਾ ਹਿੱਸਾ ਬਣ ਸਕਦੇ ਨੇ। ਹੋਏ ਇਕੱਤਰ ਮਿਲੋ ਮੇਰੇ ਭਾਏ, ਦੁਬਧਾ ਦੂਰ ਕਰੋ ਲਈ ਬੁਲਾਈ, ਆਪਾਂ ਨੂੰ ਜਦੋਂ ਇਕਜੁੱਟ ਹੋਵਾਂਗੇ ਫਿਰ ਹੀ ਆਪਾਂ ਇਸ ਚੀਜ਼ ਦਾ ਜਿਹੜਾ ਇਸ ਮਸਲੇ ਦਾ ਹੱਲ ਕੱਢ ਸਕਾਂਗੇ। ਇਹ ਸਨ ਬੀਬੀ ਇੰਦਰਜੀਤ ਕੌਰ ਜੀ, ਮੁਖੀ ਪਿੰਗਲਵਾੜਾ ਅੰਮ੍ਰਿਤਸਰ, ਅਤੇ ਅਸੀਂ ਆਪ ਜੀ ਨਾਲ ਅੱਜ ਕਿਸਾਨੀ ਅੰਦੋਲਨ 'ਤੇ ਜੋ ਗੱਲਬਾਤ ਕੀਤੀ ਆ, ਇਹਨਾਂ ਦੇ ਆਪਣੇ ਵਿਚਾਰ ਸੀ ਜਿਹੜੇ ਇਹਨਾਂ ਨੇ ਉੱਥੇ ਜਾ ਕੇ ਮਹਿਸੂਸ ਕੀਤੇ ਆ, ਉਹ ਸਾਡੇ ਨਾਲ ਸਾਂਝੇ ਕੀਤੇ। ਕੈਮਰਾਮੈਨ ਸੁਮਨਪ੍ਰੀਤ ਦੇ ਨਾਲ ਹਰਪ੍ਰੀਤ ਸਿੰਘ, ਅੰਮ੍ਰਿਤਸਰ, ਪੁਕਾਰ ਟੀਵੀ। ਧੰਨਵਾਦ ਜੀ।